तो ये बड़ी मंदभागी घटना है। बाबा बलविंदर जी जिहड़े इत्थे मुख सेवादार सी इस गुरद्वारा साहब दे, उन्हां दा रात कतल हो गया, तुहानूं सभ नूं पता ही है। इस कतल जिहड़ा मुख दोषी आ उह रमनजीत आ, सलाहपुर पिंड दा रहिण वाला। ਉਹ ਉਹਨਾਂ ਦਾ ਸੇਵਾਦਾਰ ਸੀਗਾ। ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ, ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ। ਵੀ ਹੈਵ ਐਂਪਲ ਐਵੀਡੈਂਸ, ਸਾਡੇ ਕੋਲ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਡਰ ਉਹਨੇ ਕੀਤਾ, ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌੜਦਾ ਵੀਡੀਓ 'ਚ ਨਜ਼ਰ ਆ ਰਿਹਾ, ਬਦਹਵਾਸ ਜਿਹਾ ਹੋਇਆ। ਜਿਸ ਤਰ੍ਹਾਂ ਇਨਸਾਨ ਗਲਤੀ ਕਰ ਬੈਠਦਾ, ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ। ਉਹਦੇ ਮੁਤਾਬਕ ਉਹ ਦੌੜਦਾ ਇੱਧਰ ਉੱਧਰ ਦੌੜਦਾ ਫਰੰਟ 'ਤੇ, ਫਿਰ ਉਸ ਤੋਂ ਬਾਅਦ ਪਿੱਛੋਂ ਦੀ ਗੇਟ ਤੋਂ ਨਿਕਲ ਕੇ ਚਲਾ ਗਿਆ ਹੈਗਾ। ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ, ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੇ ਜਾ ਰਹੇ ਹੈ। ਵੀ ਆਰ ਰਾਉਂਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ। ਕਿਉਂਕਿ ਅਸਲ 'ਤੇ ਜਿਹੜੀ ਵਜ੍ਹਾ ਹੈਗੀ ਆ ਉਹ ਜਦੋਂ ਅਸੀਂ ਉਹਨੂੰ ਫੜਾਂਗੇ, ਅਕਿਊਜ਼ ਦੀ ਪੁੱਛਗਿੱਛ ਕਰਾਂਗੇ, ਉਦੋਂ ਨਜ਼ਰ ਆਏਗਾ। ਬਟ ਇਟ ਇਜ਼ ਕਲੀਅਰ ਕਿ ਜੋ ਕੁਛ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ। ਉਹ ਸ਼ਾਇਦ ਉਹਦੀ ਲੱਤਾਂ ਦੀ ਮਸਾਜ ਕਰ ਰਿਹਾ ਸੀਗਾ, ਕਿਸੇ ਗੱਲ ਤੋਂ ਕੋਈ ਤਕਰਾਰ ਹੋਇਆ ਹੋਏਗਾ, ਇਹ ਅਕਿਊਜ਼ ਦੇ ਫੜੇ ਜਾਣ 'ਤੇ ਪਤਾ ਚੱਲੇਗਾ। ਬਟ ਵਨ ਥਿੰਗ ਇਜ਼ ਸ਼ਿਓਰ ਕਿ ਇਹਦੇ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਇਹ ਗੱਲ ਇੱਕ ਪਲੀਜ਼ ਇੱਕ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਉਣਾ ਚਾਹਾਂਗਾ ਕਿ ਇਸ ਮਰਡਰ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਇਟ ਇਜ਼ ਅ ਸਿੰਪਲ ਮਰਡਰ, ਨੈਚੁਰਲ ਮਰਡਰ, ਔਰ ਉਹਦੀ ਕੀ ਵਜ੍ਹਾ ਮਰਡਰ ਦੀ ਜਦੋਂ ਰਮਨਜੀਤ ਪਕੜਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਖੁਲਕ ਲਿਆ ਦੇ। ਨਹੀਂ, ਐਸਾ ਕੁਛ ਵੀ ਨਹੀਂ ਹੈ। ਵੀ ਹੈਵ ਨੋ ਪਾਸਟ ਹਿਸਟਰੀ, ਸਾਡੇ ਕੋਲ ਦਾ ਕੋਈ ਪਾਸਟ ਰਿਕਾਰਡ, ਪਾਸਟ ਹਿਸਟਰੀ ਨਹੀਂ ਹੈ। ਦੋ ਸੇਵਾਦਾਰ ਸੀਗੇ, ਇੱਕ ਕਮਰੇ ਸੀਗਾ, ਦੋਨੋਂ ਇਕੱਠੇ ਨਾਲ ਦਾ ਕਮਰਾ ਹੈਗਾ, ਤੁਸੀਂ ਦੇਖ ਹੀ ਰਹੇ ਹੋ। ਉੱਥੇ ਰਹਿੰਦੇ ਸੀ, ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ ਦੀ, ਬਾਬਾ ਜੀ ਦੀ। ਹੁਣ ਕਿਸ ਗੱਲ ਕਰਕੇ ਉਹਨੇ ਮਰਡਰ ਕੀਤਾ ਇਹ ਤਾਂ ਉਹ ਪਕੜੇ ਜਾਂਦੇ ਸਨ ਦੱਸ ਸਕਦਾ। ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੋਈ ਤਕਰੀਬਨ 10 ਵਜੇ ਦੇ ਬਾਅਦ ਜਿਹੜਾ ਹੈਗਾ ਹੈ, ਔਰ ਉਮਰ ਦੀ ਛੋਟੀ ਹੋਈ ਹੈ, 20-22 ਸਾਲ ਦਾ ਸਾਰਾ ਹੋਣਾ ਅਜੇ। ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾਤ ਦੇ, ਇਸ ਵਕਤ ਵੀ ਸਾਡੀ ਪਾਰਟੀਸ ਕਾਫੀ ਸਾਰੀਆਂ ਇਲਾਕੇ 'ਚ ਫੈਲੀਆਂ ਪਈਆਂ। ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤੇਦਾਰਾਂ 'ਤੇ, ਉਹਦੇ ਸਗੇ ਸੰਬੰਧੀਆਂ 'ਤੇ, ਉਹਦੇ ਸਾਥੀਆਂ 'ਤੇ ਅਸੀਂ ਰੇਡ ਕਰ ਰਹੇ ਹਾਂ। ਬਹੁਤ ਜਲਦੀ ਕਾਬੂ ਆ ਜਾਏਗਾ, ਕੋਈ ਵੱਡੀ ਗੱਲ ਨਹੀਂ ਹੈ। ਸਰ ਉਹਦੇ ਕੋਲ ਰਿਵਾਲਵਰ ਵੀ ਸਰ ਜਿਹੜਾ ਬਾਬਾ ਜੀ ਦਾ ਲੈ ਕੇ ਦੱਸਦੇ ਵੀ ਚਲਾ ਗਿਆ ਜੀ, ਉਹਦਾ ਕੋਈ ਨਹੀਂ? ਅਸੀਂ ਤਾਂ ਕੋਈ ਸਰ ਰਿਵਾਲਵਰ ਨਾ ਕੋਈ ਸੀ, ਰਿਵਾਲਵਰ ਮਿਸਿੰਗ ਆ, ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ। ਗਨ ਵੀ ਹੈਗੀ ਸੀ ਉਹਨਾਂ ਕੋਲ, ਗਨ ਜਮਾ ਕਰਾਈ ਜੀ, ਕੁਝ ਜਮਾ ਕਰਾਈ, ਗਨ ਉਹਨਾਂ ਦੀ ਜਮਾ ਹੈਗੀ ਹੈ ਜੀ। ਹਾਂਜੀ ਹਾਂਜੀ, ਗਨ ਜਮਾ ਉਹਨਾਂ ਦੀ ਸਰ। ਪੈਸਿਆਂ ਦੀ ਕੋਈ ਲੁੱਟ ਹੋਈ ਹੈ, ਪੈਸੇ ਵੀ ਲੈ ਕੇ ਗਿਆ ਕੋਈ? ਨਾ, ਐਸਾ ਕੋਈ, ਮੈਂ ਪਹਿਲੇ ਕਿਹਾ ਵੀ ਕੋਈ ਹੋਰ ਐਂਗਲ ਨਹੀਂ ਹੈ, ਨਾ ਡਕੈਤੀ ਦਾ, ਨਾ ਰੋਬਰੀ ਦਾ, ਨਾ ਅਸੀਂ ਇਹਨੂੰ ਕੀ ਕੋਈ ਹੋਰ ਇਹਨੂੰ ਅਸੀਂ ਐਵੇਂ, ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ, ਕਈ ਕੋਈ ਕੁਛ ਕਰਿਆ। ਬਟ ਆਈ ਵੁੱਡ ਲਾਈਕ ਟੂ ਸਟ੍ਰੈਸ ਅਪੋਨ ਦਿਸ ਫੈਕਟ, ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ, ਇਟਸ ਏ ਮਰਡਰ, ਸਿੰਪਲ ਮਰਡਰ। ਉਹਨੇ ਕਿਉਂ ਕੀਤਾ? ਕਿਉਂਕਿ ਕੋਈ ਬਾਹਰ ਦਾ ਬੰਦਾ ਤਾਂ ਆਇਆ ਨਹੀਂ, ਕੋਈ ਹੋਰ ਦੋਸ਼ੀ ਨਹੀਂ, ਕੋਈ ਸਾਥੀ ਨਹੀਂ, ਕੋਈ ਵਜ੍ਹਾ ਰੰਜਿਸ਼ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਰੋਜ਼ ਦੀ ਤਰ੍ਹਾਂ ਬਾਬਾ ਜੀ ਸੇਵਾ ਕਰਦਾ ਸੀਗਾ, ਰਾਤ ਵੀ ਉਹਨੇ ਕੁੰਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ। ਹੁਣ ਅੰਦਰ ਕੀ ਵਾਪਰਿਆ ਐਸਾ ਜਿਸ ਤੋਂ ਤੈਸ਼ ਚਾ ਕੇ ਉਹਨੇ ਉਹਨਾਂ ਦਾ ਮਰਡਰ ਕਰਤਾ? ਇਹ ਤਾਂ ਪਕੜੇ ਜਾਣ 'ਤੇ ਉਹੀ ਸਾਨੂੰ ਦੱਸ ਸਕਦਾ, ਫੜੇ ਜਾਣ 'ਤੇ। ਭਾਈ ਮਨਜੀਤ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਜੀ, ਕਿਤੇ ਨਾ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਮੈਂ ਇਸ ਬਾਰੇ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ, ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ ਵਿਊ ਦੱਸਦਾ,
ਜੋ ਸਾਡੀ ਹੁਣ ਤੱਕ ਦੀ ਤਫਤੀਸ਼ ਹੈ, ਜੋ ਸਾਡੀ ਹੁਣ ਤੱਕ ਦੀ ਆਬਜ਼ਰਵੇਸ਼ਨ ਹੈ, ਜਦੋਂ ਰਮਨ ਜੀ ਸਾਡੇ ਕਾਬੂ ਆਏਗਾ, ਬਹੁਤਾ ਦੂਰ ਨਹੀਂ ਹੈ, ਵੈਰੀ ਸੂਨ ਵੀਲ ਕੈਚ ਹਿਮ, ਸਾਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਬੇਨ ਕਾਬਜ਼ ਕਰ ਦੇਣਗੇ। ਸਰ ਮਾਮਲਾ ਰਜਿਸਟਰਡ ਹੋਇਆ ਕਿਹੜੀਆਂ ਧਾਰਾਵਾਂ ਤਹਿਤ ਹੋਵੇ? 302 ਦੇ ਤਹਿਤ ਜੀ, 302 ਸੇ ਮਰਡਰ ਕੇਸ, ਔਰ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ। ਰੈਸਟ ਅਸ਼ੋਰਡ ਅਸੀਂ ਪੂਰਾ ਜ਼ੋਰ ਲਗਾ ਕੇ ਇਹਨੂੰ ਬਹੁਤ ਜਲਦੀ ਕਾਬੂ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂ। ਸਰ ਇਹ ਕੋਈ ਡਰਿੰਕਸ ਵਗੈਰਾ ਵੀ ਲੈਂਦਾ ਸੀ ਜਿਹੜਾ ਰੋਕੀ, ਇਹਦੇ ਵਿੱਚ ਕੋਈ ਆਈ ਇਸ ਤਰ੍ਹਾਂ ਦੀ ਗੱਲ? ਦੋਸਤ ਜਦੋਂ ਮੈਂ ਉਹਨੂੰ ਫੜਿਆ ਨਹੀਂ, ਹਾਊ ਕੈਨ ਆਈ ਟੈਲ ਯੂ, ਸਾਡੇ ਕੋਲ ਹਿਸਟਰੀ ਕੋਈ ਨਹੀਂ ਅਸੀਂ ਉਹਦੀ। ਇੱਕ ਵਾਰੀ ਉਹਨੂੰ ਆ ਜਾਂਦਾ, ਤੁਹਾਡੇ ਸਾਰੇ ਸਵਾਲਾਂ ਜਵਾਬ ਜਿਹੜੇ ਹੈਗੇ ਆ ਅਸੀਂ ਤੁਹਾਡੇ ਸਾਹਮਣੇ ਖੋਲ ਕੇ ਦੇ ਦੇਣਗੇ।